ਹਲੋ ਦੋਸਤੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਨੂੰ ਗੱਲ ਕਰਨ ਜਾ ਰਹੇ ਹਾਂ 10th ਕਲਾਸ ਦੇ ਬਹੁਤ ਇੰਪੋਰਟੈਂਟ ਟੌਪਿਕ ਸੰਭਾਵਨਾ ਦੀ ਗੱਲ ਕਰਨ ਜਾ ਰਹੇ ਹਾਂ ਪ੍ਰੋਬੈਬਿਲਿਟੀ ਦੀ 9ਵੀਂ ਕਲਾਸ ਵੀ ਆਪਾਂ ਇਹਦੇ ਬਾਰੇ ਡਿਸਕਸ ਕੀਤਾ ਸੀ 10ਵੀਂ ਚ ਆਪਾਂ ਥੋੜਾ ਜਾ ਹੋਰ ਡਿਟੇਲ ਚ ਇਸ ਨੂੰ ਲੈ ਕੇ ਜਾ ਰਹੇ ਹਾਂ ਆਪਾਂ ਨੂੰ ਪਤਾ ਹੈ ਬੇਸਿਕਲੀ ਸੰਭਾਵਨਾ ਤੋਂ ਕੀ ਮਤਲਬ ਹੁੰਦਾ ਹੈ ਪ੍ਰੈਡਿਕਸ਼ਨ ਕਰਨੇ ਅਨੁਮਾਨ ਲਗਾਣਾ अंदाज़ा लगाना, अंदाज़ा लगाना। एक जो टॉपिक है कॉन्सेप्ट है एक गिनती चलता है कि में? मैं एक छोटी उदाहरण तो समझाना। एक दसवीं विच पंद्रह अते दस लड़के हैं ਸੰਭਾਵਨਾ ਪਤਾ ਕਰੋ ਕਿ ਮੋਨੀਟਰ ਲਈ ਇੱਕ ਵਿਦਿਆਰਥੀ ਸਭ ਤੋਂ ਪਹਿਲਾ ਪਾਠ ਲੜਕਾ ਹੋਵੇ ਨੰਬਰ 2 ਲੜਕੀ ਹੋਵੇ मैं इस दो एग्जाम्पल्स से गल कर रहा हूँ करने के लिए की करना है तुम सब तो पहला देखो कुल की है अपने कोल कुल कुल अपने को किन्ने विद्यार्थी है पंद्रह लड़कियां, दस लड़के टोटल पच्ची विद्यार्थी है हम पहला क्वेश्चन की है ਆਪਾਂ ਜੋ ਪਤਾ ਕਰਨਾ ਹੈ ਆਪਾਂ ਲੜਕੇ ਦੀ ਸੰਭਾਵਨਾ ਪਤਾ ਕਰਨੀ ਹੈ ਕਿ ਜੋ ਵਿਦਿਆਰਥੀ ਮੋਨੀਟਰ ਬਣਾਣਾ ਹੈ ਆਪਾਂ ਉਹ ਲੜਕਾ ਚਾਹੀਦਾ ਹੈ ਤਾਂ ਇਹ ਦੇਖੋ ਪਹਿਲਾਂ ਆਪਣੇ ਕੋਲੇ ਗਿਣਤੀ ਕਿੰਨੀ ਹੈ ਕਿਉਂਕਿ ਲੜਕਿਆਂ ਦੀ ਸੰਖਿਆ 25 ਵਿਦਿਆਰਥੀਆਂ ਵਿੱਚੋਂ 10 ਲੜਕੇ ਹੈ ਹੈਨਾ 25 ਵਿੱਚੋਂ 10 ਕਿਉਂਕਿ ਮੋਨੀਟਰ ਕੋਈ ਵੀ ਲੜਕਾ ਬਣ ਸਕਦਾ ਹੈ ਤੋ ਮੋਨੀਟਰ ਤੇ ਲਈ ਆਪਣੇ ਕੋਲੇ ਕਿੰਨੀਆਂ ਚੁਆਇਸਿਸ ਪਈਆਂ ਕਿੰਨੇ ਲੜਕੇ ਪਏ ਨੇ 10 ਪਏ ਨੇ ਤਾਂ 25 ਵਿੱਚੋਂ 10 ਤਾਂ ਇਹਦਾ ਮਤਲਬ ਸੰਭਾਵਨਾ ਕੀ ਹੋਗੀ 10 ਵਟਾ 25 5 ਦੇ ਭਾੜ ਤੇ ਕੱਟੇ ਗਿਆ 500 ਨੇ 10 5ਉ 5 25 ਇਹ ਤਾਂ ਹੋ ਗਈ ਪਹਿਲੀ ਗੱਲ ਜਦੋਂ ਆਪਾਂ ਸੰਭਾਵਨਾ ਪਤਾ ਕਰਨੀ ਸੀ ਕਿ ਮੋਨੀਟਰ ਲੜਕੀ ਹੋਵੇ ਤਾਂ ਲੜਕੀਆਂ ਦੀ ਸੰਖਿਆ ਕਿੰਨੀ ਹੈ 25 ਵਿੱਚੋਂ 15 ਲੜਕੀਆਂ ਹਨ। ਤਾਂ ਸੰਭਾਵਨਾ ਕਿੰਨੀ ਹੋਗੀ? 15/25 5 ਦੇ ਭਾਗ ਦਿੱਤੇ ਗਿਆ 5 3 15 5 5 25 ਇਹ ਤਾਂ ਮਸਲਾ ਹੋ ਗਿਆ ਆਪਣਾ ਇਹਨਾਂ ਦੋਹਾਂ ਦਾ। ਇੱਕ ਪਾਰਟ ਇੱਥੇ ਮੈਂ ਹੋਰ ਲਿਖ ਰਿਹਾ ਹੁਣ। ਕਹਿੰਦੇ 10ਵੀਂ ਕਲਾਸ ਦੇ ਵਿੱਚ 15 ਲੜਕੀਆਂ ਹਨ 10 ਲੜਕੇ ਨੇ ਸੰਭਾਵਨਾ ਪਤਾ ਕਰੋ ਮਲਟੀਟਰ ਲਿਖ ਵਿਦਿਆਰਥੀ ਚਾਹੀਦਾ ਹੈ। ਤੇ ਜਿਹੜਾ ਵਿਦਿਆਰਥੀ ਹੈ ਉਹ 10ਵੀਂ ਕਲਾਸ ਦਾ ਹੋਵੇ। 10ਵੀਂ ਦਾ ਹੋਵੇ ਉਹਨਾਂ ਇਹ ਗੱਲ ਕਲੀਅਰ ਹੈ 10ਵੀਂ ਕਲਾਸ ਦੇ ਵਿੱਚ ਸਾਰੇ ਦੇ ਸਾਰੇ ਵਿਦਿਆਰਥੀ ਜਿਹੜੇ ਬੈਠੇ ਹੋਣਗੇ ਉਹ ਕਿਹੜੇ ਹੋਣਗੇ 10ਵੀਂ ਦੇ ਹੀ ਹੋਣਗੇ ਨਾ ਤਾਂ 10ਵੀਂ ਕਲਾਸ ਵਿੱਚ ਦੇ ਵਿਦਿਆਰਥੀਆਂ ਦੀ ਸੰਖਿਆ ਕਿੰਨੀ ਹੈ 25 ਵਿੱਚੋਂ 25 ਤਾਂ ਸੰਭਾਵਨਾ ਕਿੰਨੀ ਹੋਗੀ ਫਿਰ 25 ਵਟਾ 25 25 1 25 ਠੀਕ ਅਗਰ ਇੱਥੇ ਮੈਂ ਲਿਖਦਾ ਕਿ ਜਿਹੜਾ ਮੋਨੀਟਰ ਹੈ ਉਹ ਨੌਵੀਂ ਕਲਾਸ ਦਾ ਹੋਵੇ ਆਪਾਂ ਜੇ ਗੱਲ ਕਰੀਏ ਹੁਣ ਨੌਵੀਂ ਕਲਾਸ ਵਿਦੇ ਕਿੰਨੇ ਵਿਦਿਆਰਥੀ ਬੈਠੇ ਆ 10ਵੀਂ ਕਲਾਸ 'ਚ ਇੱਥੇ ਕੋਈ ਵੀ ਨਹੀਂ ਹੈਨਾ ਤਾਂ 25 ਵਿੱਚੋਂ 0 ਕੋਈ ਵੀ ਨਹੀਂ ਬੈਠਾ ਤਾਂ ਸੰਭਾਵਨਾ ਕੀ ਹੋਗੀ 0 25 ਜ਼ੀਰੋ ਨੂੰ ਕਿਸੇ ਵੀ ਪਹਾੜ ਤੇ ਵੰਡਿਆ ਕੀ ਆਂਦਾ ਆਪਣੇ ਕੋਲੇ ਜ਼ੀਰੋ ਆਂਦਾ ਤਾਂ ਦੋਸਤੋ ਮੈਂ ਇੱਥੇ ਚਾਰ ਉਦਾਹਰਣਾਂ ਲੈ ਕੇ ਚੱਲੇ ਆਂ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਆ ਗਿਆ 2/5 ਲੜਕੇ ਦੀ ਸੰਭਾਵਨਾ ਲੜਕੇ ਦੀ 3/5 ਅਗਰ ਆਪਾਂ 10ਵੀਂ ਕਲਾਸ ਦੇ ਵਿਦਿਆਰਥੀ ਦੀ ਗੱਲ ਕਰੀਏ 1 ਅਗਰ ਆਪਾਂ 9ਵੀਂ ਕਲਾਸ ਦੇ ਵਿਦਿਆਰਥੀ ਦੀ ਗੱਲ ਕਰੀਏ 0 ਤਾਂ ਆ ਚੀਜ਼ ਹੈ ਤਾਂ ਇਹਦਾ ਹੁਣ ਦੇਖੋ ਇੱਕ ਲਾਸਟ ਆਪਸ਼ਨ ਹੋਰ ਬਣ ਰਹੀ ਹੈ ਸ਼ਾਇਦ ਬਣ ਜੇ ਕੀ ਇਹ ਸੰਭਵ ਹੈ ਕਿ ਆਪਣੇ ਕੋਲੇ ਦੇਖੋ ਕਲਾਸ ਦੇ ਵਿੱਚ ਟੋਟਲ 25 ਵਿਦਿਆਰਥੀ ਨੇ ਕੀ ਇਹ ਸੰਭਵ ਹੈ ਕਿ ਆਪਾਂ 25 ਵਿੱਚੋਂ 26 27 28 ਐਨੇ ਵਿਦਿਆਰਥੀ ਚੁਣ ਸਕਦੇ ਹਾਂ ਨਹੀਂ ਚੁਣ ਸਕਦੇ ਇਹ ਸੰਭਵ ਨਹੀਂ ਹੈਗਾ ਕਿਉਂਕਿ ਵੱਧੋ ਵੱਧ 25 ਹੈ ਤੇ 25 ਦੇ ਵਿੱਚੋਂ ਆਪਾਂ 25 ਹੀ ਚੁਣ ਸਕਦੇ ਹਾਂ ਜਾਂ ਆਪਾਂ 0 ਚੁਣ ਸਕਦੇ ਹਾਂ ਤਾਂ ਇੱਥੇ ਕੁਐਸਚਨ ਇਹ ਆਉਂਦਾ ਹੈ ਤਾਂ 25 ਦੇ ਵਿੱਚੋਂ ਵੱਧੋ-ਵੱਧ 25 ਹੀ ਚੁਣੇ ਜਾ ਸਕਦੇ ਐ ਉਸ ਤੋਂ ਵੱਧ ਨਹੀਂ ਚੁਣੇ ਜਾ ਸਕਦੇ ਠੀਕ ਤਾਂ ਇਹ ਜਿਹੜੇ ਚਾਰ ਮੈਂ ਪਾਰਟ ਲੈ ਕੇ ਚੱਲਿਆ ਇਹਦੇ ਵਿੱਚ ਆਪਣੀ ਸਾਰੀਆਂ ਸੰਭਾਵਨਾਵਾਂ ਦੀਆਂ ਸ਼ਰਤਾਂ ਆਂਦੀਆਂ ਨੇ ਬਈ ਦੋਸਤੋ ਪਹਿਲੀ ਸ਼ਰਤ ਕੀ ਆਉਂਦੀ ਹੈ ਆਪਾਂ ਆਪਾਂ ਨੂੰ ਪਤਾ ਹੈ ਦਸਵੀਂ ਕਲਾਸ 'ਚੋਂ ਦਸਵੀਂ ਕਲਾਸ ਦੇ ਬੱਚੇ ਹੀ ਬੈਠੇ ਨੇ ਤਾਂ ਇਹ ਨਿਸ਼ਚਿਤ ਗੱਲ ਹੈ ਇਹਨੂੰ ਬੋਲਦੇ ਨੇ ਸਪਸ਼ਟ ਨਿਸ਼ਚਿਤ ਘਟਨਾ ਤਾਂ ਜਿਹੜੀ ਨਿਸ਼ਚਿਤ ਘਟਨਾ ਦੀ ਸੰਭਾਵਨਾ ਹੁੰਦੀ ਹੈ ਉਹ ਇੱਕ ਹੁੰਦੀ ਹੈ ਪਹਿਲੀ ਗੱਲ ਇਹ ਨਿਸ਼ਚਿਤ ਹੈ ਕਿ 10ਵੀਂ ਕਲਾਸ ਦੇ ਵਿੱਚੋਂ 10ਵੀਂ ਕਲਾਸ ਦੇ ਬੱਚੇ ਹੀ ਚੁਣੇ ਜਾਣਗੇ ਨੰਬਰ 2 10ਵੀਂ ਦੇ ਵਿੱਚੋਂ 9ਵੀਂ ਦਾ ਇਹ ਅਸੰਭਵ ਹੈ ਤਾਂ ਅਸੰਭਵ ਘਟਨਾ ਦੀ ਸੰਭਾਵਨਾ 0 ਹੁੰਦੀ ਹੈ ਨੰਬਰ 3 ਹੁਣ ਨਾ ਤਾਂ 25 ਦੇ ਵਿੱਚੋਂ ਆਪਾਂ 26 ਬੱਚੇ ਲੈ ਸਕਦੇ ਆ ਤਾਂ ਇਹਦਾ ਮਤਲਬ ਇੱਕ ਤੋਂ ਵੱਡੇ ਨਹੀਂ ਹੋ ਸਕਦਾ 26 ਵਟਾ 25 ਤਾਂ ਕਿਸੇ ਵੀ ਘਟਨਾ ਦੀ ਸੰਭਾਵਨਾ 0 ਜਾਂ 1 ਹੋਵੇ ਜਾਂ 0 ਅਤੇ 1 ਵਿਚਕਾਰ ਹੁੰਦੀ ਹੈ ਤਦ ਤੈਨੂੰ ਕੀ ਹੋਗੀਆਂ ਜਿਹੜੀ ਸੰਭਾਵਨਾ ਜਾਂ ਜ਼ੀਰੋ ਹੋ ਸਕਦੀ ਹੈ ਘੱਟੋਂ ਤੋਂ ਘੱਟ ਵੱਧ ਤੋਂ ਵੱਧ ਇੱਕ ਹੋ ਸਕਦੀ ਹੈ ਜਾਂ ਜ਼ੀਰੋ ਤੇ ਇੱਕ ਦੇ ਵਿਚਕਾਰ ਹੋ ਸਕਦੀ ਹੈ ਚੌਥੀ ਗੱਲ ਹੁਣ ਮੈਂ ਇਸ ਕਲਾਸ ਦੇ ਵਿੱਚ ਗੱਲ ਕਰਾਂ ਜਿਹੜੇ ਆਪਾਂ ਉਦਾਹਰਣ ਲੈ ਕੇ ਚੱਲੇ ਹਾਂ ਇਸ ਕਲਾਸ ਦੇ ਵਿੱਚ ਆਪਣੇ ਕੋਲੇ ਲੜਕੇ ਲੜਕੇ ਦੀ ਸੰਭਾਵਨਾ ਮੈਨੇਟਰ ਬਣਨ ਦੀ 2/5 ਤੇ ਲੜਕੀ ਦੀ ਸੰਭਾਵਨਾ ਮਨੀਟਰ ਬਣਨ ਦੀ ਹੈ ਨਾ ਦੋ ਕੇਸ ਐਥੇ ਸਿਰਫ ਜਾਂ ਲੜਕੇ ਹੈ ਜਾਂ ਲੜਕੀ ਹੈ ਤਾਂ ਲੜਕੀ ਨੂੰ ਆਪਾਂ ਇਹ ਵੀ ਲਿਖ ਸਕਦੇ ਆ ਲੜਕਾ ਨਾ ਹੋਵੇ ਜੇ ਮਨੀਟਰ ਬਣਨਾ ਹੈ ਤਾਂ ਲੜਕਾ ਮਨੀਟਰ ਨਾ ਬਣੇ ਇੱਕੋ ਗੱਲ ਹੈ ਜਾਂ ਲੜਕੇ ਨੂੰ ਆਪਾਂ ਲਿਖ ਸਕਦੇ ਆ ਵੀ ਲੜਕਾ ਮਨੀਟਰ ਨਾ ਬਣੇ ਲੜਕੀ ਬਣ ਜਾਏ ਦੈਟ ਇਜ਼ ਅ ਸੇਮ ਥਿੰਗ ਤਾਂ ਇਹਦਾ ਮਤਲਬ ਫਿਰ ਜਿਹੜਾ ਇੱਥੇ ਚੌਥਾ ਇਹਦਾ ਕੇਸ ਚੱਲਦਾ ਪ੍ਰੋਪਰਟੀ ਚੱਲਦੀ ਹੈ ਵਿਸ਼ੇਸ਼ਤਾ ਚੱਲਦੀ ਹੈ ਉਹ ਕੀ ਹੈ ਕਿਸੇ ਘਟਨਾ ਦੀ ਸੰਭਾਵਨਾ ਪਲੱਸ ਕਿਸੇ ਘਟਨਾ ਦੇ ਨਾ ਹੋਣ ਦੀ ਸੰਭਾਵਨਾ ਕਿ ਦੇ ਬਰਾਬਰ ਹੁੰਦੀ ਹੈ 1 ਦੇ ਚੈੱਕ ਕਰਕੇ ਦੇਖੋ ਇਹਨਾਂ ਨੂੰ ਹੁਣ ਜੋੜ ਕੇ ਦੇਖੋ 2/5 3/5 ਕਿਹਦੇ ਬਰਾਬਰ ਆ ਗਿਆ 1 ਦੇ ਆ ਗਿਆ ਤਾਂ ਇਹ ਸੀ ਸੰਭਾਵਨਾ ਨਾਲ ਸੰਬੰਧਿਤ ਚਾਰ ਮੇਨ ਪ੍ਰੋਪਰਟੀਆਂ ਹੁਣ ਆਪਾਂ ਕੁਝ ਐਗਜ਼ਾਮਪਲਸ ਲੈ ਕੇ ਚੱਲਦੇ ਆ ਸਿਸਟਮਾਈਜ਼ਡ ਲੈਵਲ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਮੈਂ ਇੱਥੋਂ ਸ਼ੁਰੂ ਕਰ ਰਿਹਾ ਜਿਹੜੇ ਚੌਥੀ ਪਰਿਭਾਸ਼ਾ ਪਹਿਲਾ ਕੁਐਸਚਨ ਕਿਸੇ ਮੈਚ ਦੇ ਜਿੱਤਣ ਦੀ ਸੰਭਾਵਨਾ 3/7 ਹੈ ਤਾਂ ਉਸ ਮੈਚ ਦੇ ਹਾਰਨ ਦੀ ਸੰਭਾਵਨਾ ਪਤਾ ਕਰੋ ਦੋਸਤੋ ਸਭ ਤੋਂ ਪਹਿਲਾਂ ਪਿੰਨ ਨੂੰ ਪੜਨਾ ਸਿੱਖੋ ਜਿਹੜਾ ਵਟੇ ਦਿੱਤਾ ਹੋਇਆ ਹੈ ਨਾ ਇਹਨੂੰ ਪੜਨਾ ਸਿੱਖੋ 3/7 ਹੈ ਅਸਲ ਦੇ ਵਿੱਚ ਇਹਦਾ ਮਤਲਬ ਹੁੰਦਾ ਸੱਤ ਵਿੱਚੋਂ ਤਿੰਨ ਵਾਰੀ ਅਸਲ ਦੇ ਵਿੱਚ ਠੀਕ ਤਾਂ ਫਿਰ ਕਹਿੰਦੇ ਮੈਚ ਦੇ ਜਿੱਤਣ ਦੀ ਸੰਭਾਵਨਾ 3/7 ਹੈ ਤਾਂ ਇਹ ਆਪਾਂ ਇਹ ਕਹਿ ਸਕਦੇ ਆ ਕਿ ਸੱਤ ਵਿੱਚੋਂ ਤਿੰਨ ਮੈਚ ਜਿੱਤੇਗੇ ਜਿੱਤਣ ਦੀ ਸੰਭਾਵਨਾ ਕਿੰਨੀ ਹੈ 7 3/7 ਜਾਂ ਆਪਾਂ ਇਹ ਕਹਿ ਸਕਦੇ ਆ ਸੱਤ ਵਿੱਚੋਂ ਤਿੰਨ ਹੁਣ ਜੇ ਸੱਤ ਵਿੱਚੋਂ ਤਿੰਨ ਜਿੱਤੇ ਗਏ ਤਾਂ ਫਿਰ ਹਾਰਨ ਦੀ ਸੰਭਾਵਨਾ ਕਿੰਨੀ ਹੋਗੀ ਬਿਲਕੁਲ ਤੁਸੀਂ ਸੋਚ ਸਕਦੇ ਹੋ 7 ਵਿੱਚੋਂ 4 ਆਪਾਂ ਸਿੱਧਾ ਆਨਸਰ ਲਿਖ ਸਕਦੇ ਹਾਂ ਪਰ ਮੈਥਮੈਟਿਕਲੀ ਕਿਵੇਂ ਲਿਖਾਂਗੇ ਕਿਉਂਕਿ ਕੁੱਲ ਸੰਭਾਵਨਾ 1 ਹੁੰਦੀ ਹੈ ਤਾਂ ਆਪਾਂ ਇੱਕ ਚੋਂ ਘਟਾ ਦਾਂਗੇ ਗੱਲ ਇੱਕੋ ਹੀ ਹੈ ਤੁਸੀਂ ਡਾਇਰੈਕਟ ਲਿਖ ਦਿਓ ਚਾਹੇ 7 ਵਿੱਚੋਂ 4 ਹੋਰ ਉਦਾਹਰਨ ਕਿਸੇ ਘਟਨਾ ਦੇ ਹੋਣ ਦੀ ਸੰਭਾਵਨਾ 0.6 ਹੈ ਤਾਂ ਉਸ ਘਟਨਾ ਦੇ ਨਾ ਹੋਣ ਦੀ ਸੰਭਾਵਨਾ ਦੱਸੋ ਫਿਰ ਦੋਸਤੋ ਇਹ ਗੱਲ ਘਟਣਾ ਦੇ ਹੋਣ ਦੀ ਸੰਭਾਵਨਾ 0.6 ਇਹਨੂੰ ਭਟੇਚ ਕਰਦੇ ਹਾਂ 0.6 ਦਾ ਮਤਲਬ ਕੀ ਹੋ ਗਿਆ 6/10 ਤੇ ਜੇ ਮੈਂ ਇਸ ਹਿਸਾਬ ਨਾਲ ਚੱਲਾਂ 10 ਵਿੱਚੋਂ 6 ਵਾਰੋਂ ਘਟਣਾ ਵਾਪਰ ਗਈ ਇੱਕ ਘਟਨਾ ਦੇ ਫਿਰ ਨਾ ਹੋਣ ਦੀ ਸੰਭਾਵਨਾ ਕੀ ਹੋਈ ਦੋਸਤੋ 10 ਵਿੱਚੋਂ 4 ਵਾਰ ਹੈ ਨਾ 10 ਵਿੱਚੋਂ 4 ਵਾਰ ਤੋਂ ਕਿੰਨਾ ਆਨਸਰ ਆ ਗਿਆ 4/10 0.4 ਤਾਂ ਐਸੀ ਆਪਣੇ ਦੇ ਇਸ ਜੋ ਚੌਥੀ ਇਹਦੀ ਕੰਡੀਸ਼ਨ ਹੈ ਪ੍ਰੋਪਰਟੀ ਹੈ ਉਹਦੇ ਨਾਲ ਰਿਲੇਟਡ ਕੁਸ਼ਚਨ ਹੁਣ ਆਪਾਂ ਕੁਝ ਹੋਰ ਐਗਜ਼ਾਮਪਲਸ ਦੀ ਗੱਲ ਕਰਦੇ ਆਂ ਹੁਣ ਆਪਾਂ ਕੁਝ ਖੋਰ ਉਦਾਹਰਨਾਂ ਦੀ ਗੱਲ ਕਰਦੇ ਹਾਂ ਸਿੰਪਲ ਉਦਾਹਰਨਾਂ ਦੀ ਇੱਕ ਥੈਲੇ ਵਿੱਚ ਪੰਜ ਲਾਲ ਚਾਰ ਹਰੀਆਂ ਅਤੇ ਤਿੰਨ ਕਾਲੀਆਂ ਗੇਂਦਾਂ ਹਨ ਇੱਕ ਗੇਂਦ अचानक कड्डी गई है संभावना पता करो कि गेंद नंबर एक लाल हो नंबर दो हरी नंबर तीन काली हो नंबर चार लाल ना हो नंबर पाँच ਹਰੀ ਅਤੇ ਲਾਲ ਹੋਵੇ ਨੰਬਰ 6 ਸੰਤਰੀ ਹੋਵੇ ਤਾਂ ਮੈਂ ਕੁਝ-ਕੁਝ ਪਾਰਟ ਲੈ ਕੇ ਚੱਲ ਰਿਹਾ ਸੰਭਾਵਨਾ ਨੂੰ ਹੋਰ ਕਲੀਅਰ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਕਹਤਾ ਲਾਲ ਠੀਕ ਹੈ ਆਪਣੇ ਕੋਲ ਕੀ ਕੀ ਹੈ ਦੇਖੋ ਪੰਜ ਲਾਲ ਚਾਰ ਹਰੀਆਂ ਤਿੰਨ ਕਾਲੀਆਂ ਤਾਂ ਆਪਾਂ ਕੁੱਲ ਗੇਂਦਾਂ ਦੇਖਾਂਗੇ ਕਿੰਨੀਆਂ ਕੁੱਲ ਗੇਂਦਾਂ 5 4 3 ਕਿੰਨੀਆਂ ਨੇ ਜੀ 12 ਉਹ ਨੰਬਰ 1 ਲਾਲ ਗੇਂਦਾ ਕਿੰਨੀਆਂ ਨੇ 5 ਡਾਇਰੈਕਟ 5 ਨੇ ਲਿਖਣਾ ਕੁੱਲ ਵਿੱਚੋਂ 12 ਵਿੱਚੋਂ 5 ਤਾਂ ਕਿ ਉਹਦੇ ਨਾਲ ਜੋ ਆਪਣਾ ਆਨਸਰ ਹੈ ਬਹੁਤ ਜਲਦੀ ਸੋਲਵ ਹੋ ਜੇ ਤੇ ਜੇ 12 ਵਿੱਚੋਂ 5 ਨੇ ਤਾਂ ਸੰਭਾਵਨਾ ਕੀ ਹੋਗੀ 5/12 ਸੇਮ ਹਰੀ ਤਾਂ ਹਰੀਆ ਗੇਂਦਾ ਕਿੰਨੀਆਂ ਨੇ ਆਪਣੇ ਕੋਲੇ 12 ਵਿੱਚੋਂ 4 तो संभावना की होगी चार वटे बारह चार एकम चार चार तीए बारह तो अपने को गया एक वटा तीन नंबर तीन काली कालिया गेंदा कि अपने को ले देखो तीन बारह वो तीन तो संभावना आ गई तीन वटे बारह तीन एकम तीन चार तीए बारह ਤਾਂ ਇਹ ਹੋ ਗਿਆ 1/4 ਹੁਣ ਆਪਾਂ ਅੱਗੇ ਚੱਲਦੇ ਆਂ ਚੌਥਾ ਪਾਠ ਲਾਲ ਨਾ ਹੋਵੇ ਇਹ ਬਹੁਤ ਇੰਪੋਰਟੈਂਟ ਹੈ ਲਾਲ ਨਾ ਹੋਵੇ ਕਿੰਨੀਆਂ ਗਿੰਦਾ ਲਾਲ ਗਈਆਂ ਆ ਬਚ ਗਈ ਆ ਬਚ ਗਈ ਕਿੰਨੀਆਂ ਬਚ ਗਈਆਂ ਵੇਖੋ 12 ਵਿੱਚੋਂ 7 ਸੌਰੀ ਸੰਭਾਵਨਾ ਹੋਗੀ 7/12 ਪੰਜਵਾਂ ਹਰੀ ਅਤੇ ਲਾਲ ਹਰੀਆਂ ਅਤੇ ਲਾਲ ਕਿੰਨੀਆਂ ਆਪਣੇ ਕੋਲੇ 4 ਤੇ 5 9 4 ਤੇ 5 9 ਤਾਂ ਕੀ ਹੋ ਗਿਆ 12 ਵਿੱਚੋਂ 9 ਤਾਂ ਦੋਸਤੋ ਸੰਭਾਵਨਾ ਕੀ ਬਣ ਗਈ 9/12 3 ਤੇ ਪਹਾੜੇ ਤੇ ਗਿਆ 3 ਉਹ 3 9 4 3 12 ਤਾਂ ਕਿੰਨਾ ਅਸਰ ਆ ਗਿਆ 3/4 ਤੇ ਛੇਮਾ ਸੰਤਰੀ ਹੁਣ ਕਿੰਨੇ ਸੰਤਰੀ ਕਹਿੰਦਾ ਇੱਥੇ ਕੋਈ ਵੀ ਨਹੀਂ ਬਿਲਕੁਲ ਸਹੀ 12 ਵਿੱਚੋਂ 0 ਤਾਂ ਸੰਭਾਵਨਾ ਕੀ ਹੋਗੀ 0 ਵਟੇ 12 0 ਹੈਨਾ ਤਾਂ ਇਹ ਹੋ ਗਏ ਆਪਣੇ ਸੰਭਾਵਨਾ ਦੇ ਕੁਝ ਕੁ ਕੁਐਸਚਨਸ ਜਿਸ ਤੇ ਆਪਾਂ ਵਿਚਾਰ ਚਰਚਾ ਕੀਤੀ ਹੈ ਤੇ ਅਗਲੇ ਪਾਰਟ ਦੇ ਵਿੱਚ ਆਪਾਂ ਕੁਝ ਹੋਰ ਕੁਐਸਚਨਸ ਤੇ ਗੱਲ ਕਰਾਂਗੇ ਪਿਛਲੇ ਪਾਰਟਸ ਨੂੰ ਆਪਾਂ ਗੱਲ ਕੀਤੀ ਸੀ ਸੰਭਾਵਨਾਵਾਰੇ ਗੱਲ ਕੀਤੀ ਸੀ ਕੁਝ ਕੁ ਉਦਾਹਰਨਾਂ ਦੀ ਗੱਲ ਕੀਤੀ ਸੀ ਉਹ ਜਿਹੜੀਆਂ ਜੋ ਮੇਨ ਪ੍ਰੋਪਰਟੀਆਂ ਨੇ ਆਪਾਂ ਉਹਦੇ ਬਾਰੇ ਗੱਲ ਕੀਤੀ ਸੀ ਹੁਣ ਆਪਾਂ ਕੁਝ ਹੋਰ ਉਦਾਹਰਨਾਂ ਲੈ ਕੇ ਚੱਲਦੇ ਆ ਇੱਕ ਫੈਂਟੀ ਹੋਈ ਤਾਜ ਦੀ ਗੁੱਟੀ ਵਿੱਚੋਂ ਇੱਕ ਪੱਤਾ ਅਚਾਨਕ ਕੱਢਿਆ ਗਿਆ ਹੈ संभावना पता करो कि पत्ता नंबर एक लाल रंग का हो नंबर दो बादशाह हो नंबर तीन इक्का या यक्का हो नंबर चार चित्र पत्ता ਨੋ ਹੋਵੇ ਨੰਬਰ 5 ਕਾਲੀ ਬੇਗਮ ਹੋਵੇ ਤਾਂ ਆਪਾਂ ਕੁਝ ਉਦਾਹਰਣਾਂ ਨਿਕਲ ਕਰਦੇ ਆ ਉਸ ਤੋਂ ਪਹਿਲਾਂ ਆਪਾਂ ਤਾਸ਼ ਬਾਰੇ ਗੱਲ ਕਰਦੇ ਆ ਹੋ ਸਕਦਾ ਤੁਹਾਡੇ ਚੋਂ ਕਈਆਂ ਨੂੰ ਤਾਸ਼ ਬਾਰੇ ਨਾ ਪਤਾ ਹੋਵੇ ਤਾਸ਼ ਦੇ ਵਿੱਚ ਕੁੱਲ 52 ਪੱਤੇ ਹੁੰਦੇ ਆ ਟੋਟਲ 52 ਪੱਤੇ ਹੁੰਦੇ ਆ ਤੇ 52 ਦੇ ਵਿੱਚੋਂ 26 ਲਾਲ ਤੇ 26 ਕਾਲੇ ਠੀਕ 26 ਲਾਲ ਦੇ ਵਿੱਚੋਂ 13 ਪਾਨ ਦੇ ਆ ਨਿਸ਼ਾਨ ਦੇ ਨਾਲ 13 ਇਟ ਦੇ ਆ ਨਿਸ਼ਾਨ ਦੇ ਨਾਲ ਠੀਕ ਤੇ ਕਾਲੇ ਦੇ ਵਿੱਚ 13 ਹੁਕਮ ਦੇ ਇਸ ਨਿਸ਼ਾਨ ਦੇ ਨਾਲ 13 ਚਿੜੀ ਦੇ ਇਸ ਨਿਸ਼ਾਨ ਦੇ ਨਾਲ ਹੈ ਨਾ ਤੇ ਹਰੇਕ 13 ਦੇ ਵਿੱਚ ਅੱਗੇ ਆਪਣੇ ਕੋਲ ਕੀ ਹੁੰਦਾ ਏ ਯੱਕਾ 2 3 4 5 6 7 8 9 10 ਜੇ ਕਿਊ ਤੱਕ ਕੇ ਹਰੇਕ ਦੇ ਅੱਗੇ 13 13 ਪੱਤੇ ਹੁੰਦੇ ਨੇ ਹਰੇਕ ਦੇ ਵਿੱਚ 13 ਇਸ ਸ਼ੋਗੇ ਸੇਮ ਸੇਮ 13 ਇਸ ਸ਼ੋਗੇ 713 ਇਸ ਦੇ ਵਿੱਚ ਹੋਗੇ ਤੇ ਸਭ ਤੋਂ ਵੱਡੀ ਖਾਸियत ਇੱਥੇ ਜਿਹੜੀ ਹੈਗੀ ਹੈ ਮੇਨ ਉਹ ਹੁੰਦੀ ਹੈ ਚਿੱਤਰ ਪੱਤੇ ਦੀ ਇਹਦਾ ਨਾਮ ਦੱਸ ਰਿਹਾ ਦੋਸਤੋ ਦੇਖੋ ਚਿੱਤਰ ਪੱਤਾ ਜਿਸ ਦੇ ਉੱਪਰ ਫੋਟੋ ਹੁੰਦੀ ਹੈ ਕਿਤੇ ਕਿਤੇ ਹੁੰਦੀਆਂ ਫੋਟੋ ਜੇ ਤੇ ਕਯੂ ਤੇ ਕਯੂ ਕਯੂ ਤੇ ਤਿੰਨੇ ਇਹਦੇ ਹੋਗੇ ਤਿੰਨੇ ਇਹਦੇ ਹੋਗੇ ਤਿੰਨੇ ਇਹਦੇ ਹੋਗੇ ਤਿੰਨੇ ਇਹਦੇ ਹੋਗੇ ਤਾਂ ਕੁੱਲ ਚਿੱਤਰ ਪੱਤੇ ਕਿਹੜੇ ਹੁੰਦੇ ਨੇ 12 ਹੁੰਦੇ ਨੇ 4 ਜੇ ਦੇ 4 ਕਿਉਦੇ 4 ਕਿਉਦੇ ਠੀਕ ਤੇ a ਨੂੰ ਆਪਾਂ ਯਕਾ ਜਾਂ ਇਕਾ ਬੋਲਦੇ ਹਾਂ ਜਾਂ ਇਕਾ ਜੇ ਨੂੰ ਗੁਲਾਮ ਕਿਉ ਨੂੰ ਬੇਗਮ ਕੇ ਨੂੰ ਪਾਦਸ਼ਾ ਤਾਂ ਇਹ ਹੈਗੀ ਆਪਣੀ ਤਾਜ ਦੀ ਸਮਰੇ ਤਾਜ ਦੇ ਵਿੱਚ ਕੀ ਕੀ ਹੁੰਦਾ ਪੱਤਿਆਂ 'ਚ ਕੀ ਕੀ ਹੁੰਦਾ ਤਾਂ ਹੁਣ ਆਪਾਂ ਕੁਐਸਚਨ ਦੀ ਗੱਲ ਕਰਦੇ ਹਾਂ ਤੇ ਕੁੱਲ ਪੱਤੇ ਕਿੰਨੇ ਹੋਗੇ ਦੇਖੋ 52 ਫਸਟ ਪਾਰਟ ਲਾਲ ਰੰਗ ਦੇ ਲਾਲ ਰੰਗ ਦੇ ਪੱਤੇ ਕਿੰਨੇ ਆ ਦੇਖੋ ਦੋਸਤੋ ਤੁਹਾਡੇ ਨਾਲ ਤਾਂਸ਼ ਬਣੀ ਪਈ ਹੈ 13 ਤੇ 13 26 ਤਾਂ ਇਹਦਾ ਮਤਲਬ 52 ਵਿੱਚੋਂ 26 ਪੱਤੇ ਲਾਲ ਰੰਗ ਦੇ ਆ ਤਾਂ ਸੰਭਾਵਨਾ ਹੋਗੀ 26/52 26 ਦੇ ਭਾਗ ਦੇ ਗਿਆ 26 1 26 2 52 ਆਨਸਰ ਕਿੰਨਾ ਆ ਗਿਆ 1/2 ਨੈਕਸਟ ਆਪਾਂ ਬਾਦਸ਼ਾਹ ਦੀ ਗੱਲ ਕਰਦੇ ਹਾਂ ਕਿੰਨੇ ਬਾਦਸ਼ਾਹ ਨੇ ਆਪਣੇ ਕੋਲ ਦੇਖੋ ਇੱਕ ਆਰ ਆ ਇੱਕ ਆਰ ਆ ਇੱਕ ਇਹਦੇ ਕੋਲੇ ਹੋ ਇੱਕ ਇਹਦੇ ਕੋਲੇ ਹੋਊਗਾ ਤਾਂ ਟੋਟਲ 52 ਦੇ ਵਿੱਚੋਂ ਕਿੰਨੇ ਬਾਦਸ਼ਾਹ ਹੋਣਗੇ ਆਪਣੇ ਕੋਲੇ ਚਾਰ ਤੋਂ ਸੰਭਾਵਨਾ ਹੋਗੀ 4/52 4 ਦੇ ਪਹਾੜੇ ਤੇ ਗਿਆ 4 1=4 13 ਤੋਂ ਆਨਸਰ ਆ ਗਿਆ 1/3 ਤੀਸਰੀ ਆਪਾਂ ਗੱਲ ਕੀਤੀ ਹੈ ਇੱਕਾ ਜਾਂ ਯੱਕੇ ਦੀ ਕਿੰਨੇ ਇਕੇ ਨੇ ਜੀ ਇੱਕ ਆ ਰਹਿਆ ਇੱਕ ਇਹਦੇ ਕੋਲੇ ਹੋ ਇੱਕ ਇਹਦੇ ਕੋਲੇ ਇੱਕ ਇਹਦੇ ਕੋਲੇ ਤਾਂ ਟੋਟਲ 52 ਵਿੱਚੋਂ 4 ਤੋਂ ਸੰਭਾਵਨਾ ਹੋਗੀ 4/52 4 ਦੇ ਪਹਾੜੇ ਤੇ 4 1 4 13 4 52 ਹੁਣ ਆਪਾਂ ਗੱਲ ਕਰਨੀ ਹੈ ਚੌਥੇ ਭਾਗ ਦੀ ਚਿੱਤਰ ਪੱਤਾ ਨਾ ਹੋਵੇ ਨਾ ਹੋਵੇ ਕੁੱਲ ਚਿੱਤਰ ਪੱਤੇ ਕਿੰਨੇ ਆ ਦੇਖੋ ਆਪਣੇ ਕੋਲੇ 12 52 ਦੇ ਵਿੱਚੋਂ 12 ਚਿੱਤਰ ਪੱਤੇ ਐ ਤੇ ਕਿੰਨੇ ਪੱਤੇ ਚਿੱਤਰ ਪੱਤੇ ਨਹੀਂ ਹੈਗੇ 52 ਵਿੱਚੋਂ 40 ਕਿਉਂਕਿ 12 ਤਾਂ ਹੈਗੇ ਨੇ ਨਾ ਕਿੰਨੇ ਨਹੀਂ ਹੈਗੇ 40 ਤਾਂ ਸੰਭਾਵਨਾ ਕੀ ਹੋਗੀ 40 ਵਟੇ 52 4 ਦੇ ਭਾੜੇ ਤੇ ਗਿਆ 10 4 ਦੇ ਭਾੜੇ ਤੇ ਗਿਆ 13 ਤਾਂ ਅਨਸਰ ਕੀ ਆ ਗਿਆ 10 ਵਟੇ 13 ਪੰਜਵੀਂ ਗੱਲ ਦਿੱਤੀ ਹੈ ਕਾਲੀ ਬੇਗਮ ਆ ਦੋਨੋਂ ਲਾਲ ਐ ਕਾਲੀ ਆ ਰੀਆਂ ਤਾਂ ਦੋ ਬੇਗਮਾਂ ਹੋਣਗੀਆਂ ਤਾਂ ਕਾਲੀਆਂ ਬੇਗਮਾਂ ਕਿੰਨੀਆਂ ਆਪਣੇ ਕੋਲੇ ਜੀ 52 ਵਿੱਚੋਂ 2 ਸੰਭਾਵਨਾ ਆ ਗਈ 2/52 2 1 2 52 ਆਨਸਰ ਕਿੰਨਾ ਆ ਗਿਆ ਜੀ 1/26 ਤਾਂ ਇਸੇ ਆਪਣੇ ਕੋਲੇ ਤਾਜ ਦੇ ਨਾਲ ਸੰਬੰਧਿਤ ਕੁਐਸਚਨ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਹੁਣ ਜੋ ਆਪਾਂ ਗੱਲ ਕਰਦੇ ਆਂ ਕਿ ਡਾਈਸ ਤੇ ਗੱਲ ਕਰਦੇ ਆਂ ਪਾਸੇ ਤੇ ਗੱਲ ਕਰਦੇ ਆਂ ਜੋ ਲੁੱਡੋ ਵਾਲਾ ਹੁੰਦਾ ਜਿਸ ਤੇ ਲੁੱਡੋ ਖੇਡਦੇ ਆਪਾਂ ਉਹਨੂੰ ਕੀ ਬੋਲਦੇ ਆਂ ਪਾਸਾ ਡਾਈਸ ਤਾਂ ਉਦਾਹਰਣ ਕੀ ਕਹਿੰਦੀ ਹੈ ਦੂਸਰੀ ਇੱਕ ਪਾਸੇ ਨੂੰ ਇੱਕ ਵਾਰੀ ਉਛਾਲ ਲਿਆ ਗਿਆ ਹੈ संभावना पता करो कि उपरले पास टाक संख्या हो भाज संख्या हो चार तो संख्या हो चार तो संख्या हो नंबर चार सत तो घट संख्या हो ਨੰਬਰ 5 ਸੰਖਿਆ 8 ਹੋਵੇ ਤਾਂ ਆਪਾਂ ਆ ਚਾਰ ਪੰਜ ਕੁਸਚਨ ਦੇ ਗੱਲ ਕਰਦੇ ਆ ਇਸ ਤੋਂ ਪਹਿਲਾਂ ਮੈਂ ਇੱਕ ਇੰਟਰਸਟਿੰਗ ਗੱਲ ਦੱਸਣਾ ਥੋੜਾ ਪੁੱਛਣੀ ਹੈ ਕਿ ਤੁਹਾਨੂੰ ਪਤਾ ਹੈ ਪਾਸਾ ਜੋ ਲੁੱਡੋ ਵਾਲਾ ਡੇਟਾ ਹੁੰਦਾ ਜਿਸ ਉੱਪਰ ਡੇਟਾ ਬੋਲਦੇ ਆ ਜਿਹਨੂੰ ਲੁੱਡੋ ਖੇਡਦੇ ਆ ਆਪਾਂ ਅਗਰ ਆਹ ਲੁੱਡੋ ਵਾਲਾ ਡੇਟਾ ਸਪੋਜ਼ ਇਹਦੇ ਇੱਥੇ ਇੱਕ ਹੈ ਇਸ ਪਾਸੇ ਤੇ ਤਾਂ ਇਹਦੇ ਬਿਲਕੁਲ ਉਲਟੇ ਪਾਸੇ ਤੇ ਕਿਹੜਾ ਹੋਊਗਾ 2 3 4 5 ਜਾਂ 6 ਸੇਮ ਜੇ ਇੱਧਰ ਹੈ ਮੰਨ ਲਓ 3 ਹੈ ਫੋਰ ਐਗਜ਼ਾਮਪਲ ਤਾਂ ਇਹਦੇ ਇੱਧਰਲੇ ਪਾਸੇ ਕੀ ਹੋਗਾ ਤਾਂ ਦੋਸਤੋ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਹੜੇ ਖੇਡਾਂ ਹੁੰਦੀਆਂ ਨੇ ਕਿਉਂਕਿ ਇੰਟਰਨੈਸ਼ਨਲੀ ਗੇਮਜ਼ ਹੁੰਦੀਆਂ ਨੇ ਤੇ ਇਹ ਹਮੇਸ਼ਾ ਇੱਕ ਰੂਲਸ ਚੱਲਦੀਆਂ ਨੇ ਇਹ ਆਪਣੀ ਮਰਜ਼ੀ ਨਹੀਂ ਹੈਗੀ ਕਿ ਇੱਥੇ ਇੱਕ ਹੈ ਇੱਥੇ ਆਪਾਂ ਦੋ ਲਾ ਦੀਏ ਤਿੰਨ ਲਾ ਦੀਏ ਚਾਰ ਲਾ ਦੀਏ ਇਹਦੀ ਸਭ ਤੋਂ ਵੱਡੀ ਖਾਸियत ਪਤਾ ਕੀ ਹੁੰਦੀ ਹੈ ਦੋਨੋਂ ਪਾਸੇ ਦਾ ਜਿਹੜਾ ਜੋੜ ਹੈ ਉਹ 7 ਹੁੰਦਾ ਹੈ ਹਾਂਜੀ ਸਹੀ ਤਾਂ ਫਿਰ ਇਹਦਾ ਮਤਲਬ ਇੱਕ ਪਾਸੇ 1 ਹੋਊਗਾ ਦੂਜੇ ਪਾਸੇ ਕਿੰਨਾ ਹੋਊਗਾ 6 ਇੱਕ ਪਾਸੇ 2 ਹੋਊਗਾ ਦੂਜੇ ਪਾਸੇ 5 ਹੋਣਾ ਇੱਕ ਪਾਸੇ 3 ਹੋਣਾ ਤਾਂ ਦੂਜੇ ਪਾਸੇ 4 ਹੋਣਾ ਇਸ ਚੀਜ਼ੇ ਧਿਆਨ ਰੱਖਿਓ ਹੁਣ ਪਹਿਲਾ ਕੁਐਸਚਨ ਆਪਾਂ ਨੂੰ ਪਤਾ ਹੈ ਪਾਸੇ ਦੇ ਟੋਟਲ 6 ਹੁੰਦੇ ਨੇ ਤਾਂ ਕੁੱਲ ਗਿਣਤੀ ਕਿੰਨੀ ਹੋਗੀ 6 ਟਾਂਕ ਸੰਖਿਆ ਤਾਂ ਪਹਿਲਾਂ ਤਾਂ ਇਹ ਦੇਖਦੇ ਟਾਂਕ ਸੰਖਿਆ ਕਿਹੜੇ-ਕਿਹੜੀਆਂ ਨੇ ਪਹਿਲੇ 6 ਦੇ ਵਿੱਚ 1 3 5 ਤਾਂ ਇਹਦਾ ਮਤਲਬ 6 ਦੇ ਵਿੱਚੋਂ ਤਿੰਨ ਸੰਖਿਆਵਾਂ ਕੀ ਨੇ ਟਾਂਕ ਨੇ ਸੰਭਾਵਨਾ ਕੀ ਹੋਗੀ 3/6 3 ਦੇ ਭਾੜ ਤੇ ਗਿਆ 1 3*2=6 ਤਾਂ ਆਨਸਰ ਕਿੰਨਾ ਆ ਗਿਆ 1/2 ਨੰਬਰ 2 ਅਪਾਤ ਸੰਖਿਆ ਬਹੁਤ ਇੰਪੋਰਟੈਂਟ ਕੁਐਸਚਨ ਅਪਾਤ ਸੰਖਿਆ ਦਾ ਕਿਉਂਕਿ ਇਸ ਉਲਝਣ ਹੁੰਦੀ ਆ ਅਪਾਤ ਸੰਖਿਆ ਦੋਸਤੋ ਦੋ ਤੋਂ ਸ਼ੁਰੂ ਹੁੰਦੀ ਹੈ ਇੱਕ ਆਪਾਦ ਸੰਖਿਆ ਨਹੀਂ ਹੈਗੀ ਕਿਉਂ ਨਹੀਂ ਹੈਗੀ ਕਿਉਂਕਿ ਆਪਾ ਆਸ ਸੰਖਿਆ ਉਹ ਜਿਹੜੀ ਦੋ ਭਾਗਾਂ ਤੇ ਵੰਡੀ ਜਾਂਵੇ ਇੱਕ ਸਿਰਫ ਇੱਕੋ ਭਾਗ ਤੇ ਵੰਡੀ ਜਾਂਦੀ ਆਪਣੇ ਆਪ ਤੇ ਇਹ ਤਿੰਨੋਂ ਦੋ ਦੋ ਭਾਗਾਂ ਤੇ ਵੰਡੀ ਜਾਂਦੀਆਂ ਇਸ ਗੱਲ ਦਾ ਥੋੜਾ ਧਿਆਨ ਰੱਖਿਓ ਤਾਂ ਇਹ ਵੀ ਹੋ ਗਿਆ 6 ਵਿੱਚੋਂ 3 ਤਾਂ ਸੰਭਾਵਨਾ ਹੋ ਗਈ 3/6 3 1 3 3 2 6 ਤਾਂ ਕਿੰਨਾ ਆਨਸਰ ਆ ਗਿਆ 1/2 ਅਗਰ ਮੈਂ ਤੀਸਰੇ ਸਵਾਲ ਦੀ ਗੱਲ ਕਰਾਂ ਚਾਰ ਤੋਂ ਵੱਧ ਸੰਖਿਆ ਹੁਣ ਚਾਰ ਤੋਂ ਵੱਧ ਸੰਖਿਆ ਇੱਥੇ ਕਿਹੜੀ ਹੋਣੀ ਹੈ ਇੱਕ 5 ਹੋਣੀ ਹੈ ਇੱਕ 6 ਹੋਣੀ ਹੈ ਮਤਲਬ 6 ਵਿੱਚੋਂ 2 ਤਾਂ ਸੰਭਾਵਨਾ ਫਿਰ ਕੀ ਹੋਗੀ 2/6 2 1 2 2 3 6 ਤਾਂ ਕਿੰਨਾ ਆਨਸਰ ਆ ਗਿਆ ਆਪਣੇ ਕੋਲੇ 1/3 ਚੌਥੇ ਭਾਗ ਦੀ ਗੱਲ ਕਰੀਏ ਚੌਥੇ ਪਾਲਸ ਦੇਖੋ ਆਪਾਂ ਨੂੰ ਕੀ ਕੀ ਹੋਇਆ ਸੱਤ ਤੋਂ ਘੱਟ ਸੰਖਿਆ ਹੁਣ ਪਾਸੇ ਤੇ ਡਾਈਸ ਤੇ ਸੱਤ ਤੋਂ ਘੱਟ ਸੰਖਿਆ ਕਿਹੜੇ-ਕਿਹੜੀਆਂ ਨੇ ਸਾਰੀਆਂ ਨੇ 1 2 3 4 5 6 ਤਾਂ ਇਹਦਾ ਮਤਲਬ ਕੀ ਹੋ ਗਿਆ 6 ਦੇ ਵਿੱਚੋਂ 6 ਦੀਆਂ 6 ਸੰਖਿਆਵਾਂ માં ਸੱਤ ਤੋਂ ਕੀ ਨੇ ਘੱਟ ਨੇ ਤਾਂ ਸੰਭਾਵਨਾ ਕੀ 6/6 6=1 ਤਾਂ ਇਸ ਕੇਸ ਦੇ ਵਿੱਚ ਆਪਾਂ ਕੀ ਕਹਿੰਦੇ ਹੁੰਨੇ ਜਦੋਂ ਸਾਰੇ ਦੇ ਸਾਰੇ ਗਿਣ ਕੇ ਚੱਲਾਂਗੇ ਇਹ ਹੁੰਦੀ ਹੈ ਨਿਸ਼ਚਿਤ ਘਟਨਾ ਨਿਸ਼ਚਿਤ ਘਟਨਾ ਅਗਲੇ ਪਾਰਟ ਤੇ ਮੈਂ ਗੱਲ ਕਰਦਾ 8 ਦੀ ਗੱਲ ਕੀਤੀ ਹੈ ਸੰਖਿਆ 8 ਕਿੰਨੇ ਵਾਰ ਹੁੰਦੀ ਹੈ ਨਹੀਂ ਹੁੰਦੀ ਨਹੀਂ ਹੁੰਦੀ ਨਾ 6 ਵਿੱਚੋਂ 0 ਤਾਂ ਸੰਭਾਵਨਾ ਹੋ ਗਈ 0 6 ਕਿਹਦੇ ਬਰਾਬਰ ਆ ਗਿਆ 0 ਤਾਂ ਇਹ ਆਪਾਂ ਕੁਝ ਉਦਾਹਰਣ ਲੈ ਕੇ ਚੱਲੇ ਸੀ ਪਹੋਰ ਇੱਕ ਦੋ ਉਦਾਹਰਨਾਂ ਦੀ ਗੱਲ ਕਰਦੇ ਆਂ ਕੁਐਸਚਨ ਹੋਰ ਕਲੀਅਰ ਹੋ ਜਾਊਗਾ ਹੁਣ ਆਪਾਂ ਨੈਕਸਟ ਇਕਾਈ ਦੇ ਦੋ ਕੁਐਸਚਨਸ ਦੀ ਗੱਲ ਕਰ ਰਹੇ ਆਂ ਇੱਕੋ ਨਾਲ ਦੇ ਕੁਐਸਚਨਸ ਐ ਤਾਂ ਮੈਂ ਪੈਰਲਲ ਲਿਖੇ ਨੇ ਆਪਾਂ ਨੂੰ ਕੀ ਕਿਹਾ ਇੱਕ ਦੁਕਾਨਦਾਰ ਕੋਲ 144 ਪੈਨ ਹਨ ਜਿੰਨਾ ਵਿੱਚੋਂ 12 ਪੈਨ ਖਰਾਬ ਨੇ ਜਿੰਨਾ ਵਿੱਚੋਂ ਤਾਂ ਇਹ ਚੀਜ਼ ਬੜੀ ਇੰਪੋਰਟੈਂਟ ਐ ਥੋੜਾ ਧਿਆਨ ਦੇਖੋ ਕੁੱਲ ਪੈਨ ਕਿੰਨੇ ਆਉਂਦੇ ਕੋਲੇ 144 ਹੈ ਨਾ ਖਰਾਬ ਪੈਨ ਕਿੰਨੇ ਆ ਉਹਦੇ ਵਿੱਚੋਂ ਐ ਇਹ ਗੱਲ ਤੇ ਥੋੜਾ ਫੋਕਸ ਕਰਨਾ ਉਹਦੇ ਵਿੱਚੋਂ 12 ਤੇ ਇਹਦਾ ਮਤਲਬ ਚੰਗੇ ਜਾਂ ਸਹੀ ਪੈਨ ਕਿੰਨੇ ਰਹਿ ਗਏ ਪਿੱਛੇ ਆਪਾਂ ਘਟਾ ਕੇ 132 ਤਾਂ ਇਹ ਹੋ ਗਿਆ ਆਪਣੇ ਕੋਲ ਅਸਲ ਇਨਫੋਰਮੇਸ਼ਨ ਕੀ ਹੈ ਕਹਿੰਦੇ ਰੇਖਾ ਪੈਨ ਤਾਂ ਖਰੀਦੇਗੀ ਜੇਕਰ ਉਹ ਸਹੀ ਹੋਵੇਗਾ ਬਿਲਕੁਲ ਸੰਭਾਵਨਾ ਪਤਾ ਕਰੋ ਕਿ ਉਹ ਪੈਨ ਖਰੀਦੇਗੀ ਹੁਣ ਉਹ ਪੈਨ ਕਦੋਂ ਖਰੀਦੇਗੀ ਜਦੋਂ ਪੈਨ ਕੀ ਹੋਊਗਾ ਸਹੀ ਹੋਊਗਾ ਤਾਂ ਇਹਦਾ ਮਤਲਬ ਕੀ ਹੈ ਆਪਾਂ ਜਿਹੜੀ ਸੰਭਾਵਨਾ ਪਤਾ ਕਰਨੀ ਹੈ ਉਹ ਕਿਹਦੀ ਕਰਨੀ ਹੈ ਸਹੀ ਪੈਨ ਦੀ ਕਰਨੀ ਹੈ ਤਾਂ ਹੁਣ ਆਪਣੇ ਕੋਲੇ ਸਹੀ ਪੈਨਾਂ ਦੀ ਗਿਣਤੀ ਕਿੰਨੀ ਹੈ ਅਗਰ ਮੈਂ ਕੁਐਸਚਨ ਦੇ ਹਿਸਾਬ ਨਾਲ ਗੱਲ ਕਰਾਂ ਕਿੰਨੀ ਹੈ 144 ਵਿੱਚੋਂ ਕੁੱਲ 144 ਨੇ ਨਾ 132 ਤਾਂ ਸੰਭਾਵਨਾ ਫਿਰ ਕੀ ਹੋਗੀ 132 ਵਟਾ 144 12 ਤੇ ਗਿਆ 12 ਦੇ 11 ਨਾਲ ਕਰਾਂਗੇ 12 ਦੀ 12 ਨਾਲ ਕਰਾਂਗੇ ਤਾਂ ਕਿੰਨਾ ਆ ਗਿਆ 11 ਵਟੇ 12 ਨੰਬਰ 2 ਹੁਣ ਕਹਿੰਦੇ ਉਹ ਪੈਨ ਨਹੀਂ ਖਰੀਦਦੀ ਪੈਨ ਕਦੋਂ ਨਹੀਂ ਖਰੀਦੋਗੀ ਜਦੋਂ ਉਹ ਪੈਨ ਕੀ ਹੋਊਗਾ ਖਰਾਬ ਹੋਊਗਾ ਤਾਂ ਇਹਦਾ ਮਤਲਬ ਆਪਾਂ ਜਿਹੜੀ ਸੰਭਾਵਨਾ ਪਤਾ ਕਰਨੀ ਹੈ ਕਿਹੜੀ ਕਰਨੀ ਹੈ ਖਰਾਬ ਪੈਨ ਦੀ ਖਰਾਬ ਪੈਨਾਂ ਦੀ ਗਿਣਤੀ 144 ਵਿੱਚੋਂ 12 ਤਾਂ ਸੰਭਾਵਨਾ ਫਿਰ ਕੀ ਹੋਗੀ 12 ਵਟੇ 144 12 ਦੇ ਪਹਾੜੇ ਤੇ ਗਿਆ 12 1 12 12 ਉਹ ਬਾਰੀਆਂ 144 ਤਾਂ ਇਹ ਹੋ ਗਿਆ ਆਪਣਾ ਇਹ ਕੁਐਸਚਨ ਤਾਂ ਦੋਸਤੋਂ ਦੂਜੇ ਪਾਸੇ ਦੇਖੋ ਇਹਦੇ ਵਿੱਚ ਕੀ ਸੀ 144 ਦੇ ਵਿੱਚ 12 ਖਰਾਬ ਸੀ ਲੇਕਿਨ ਇੱਥੇ ਕੀ ਕਹਿ ਰਿਹਾ ਹੈ 132 ਪੈਨਾਂ ਦੇ ਵਿੱਚ 12 ਖਰਾਬ ਮਿਲਾ ਦਿੱਤੇ ਗਏ ਸਟੇਟਮੈਂਟ ਨੂੰ ਮੈਂ ਸਿਰਫ ਉਲਟਾ ਕੀਤਾ ਇੱਥੇ 144 ਵਿੱਚੋਂ 12 ਖਰਾਬ ਸੀ ਲੇਕਿਨ ਇੱਥੇ 132 ਵਿੱਚ 12 ਮਿਲ ਗਏ ਤਾਂ ਅਸਲ ਦੇ ਵਿੱਚ ਕੁਐਸਚਨ ਦੇ ਹਿਸਾਬ ਨਾਲ ਕੀ ਚੱਲ ਰਿਹਾ ਇੱਥੇ ਚੰਗੇ ਪੈਨ ਹੋਗੇ 132 ਥੋੜਾ ਜਾਸ ਇਸ ਸਟੇਟਮੈਂਟ ਨੂੰ ਧਿਆਨ ਨਾਲ ਪੜਿਓ ਖਰਾਬ ਪੈਨ ਵਿੱਚ ਮਿਲ ਗਏ ਤਾਂ ਇਹਦਾ ਮਤਲਬ ਖਰਾਬ ਪੈਨ ਦੇ ਮਿਲਣ ਨਾਲ ਕੁੱਲ ਪੈਨ ਕਿੰਨੇ ਹੋ ਗਏ ਆਪਣੇ ਕੋਲੇ 144 ਤਾਂ ਕੁਐਸਚਨ ਸੇਮ ਬਣਿਆ ਹੈ ਲekin ਪਹਿਲੀ ਲਾਈਨ ਦੇ ਵਿੱਚ ਬਹੁਤ ਫਰਕ ਪੈ ਗਿਆ ਤਾਂ ਇਸ ਚੀਜ਼ ਤੇ ਥੋੜਾ ਧਿਆਨ ਰੱਖੋ ਹੁਣ ਕਹਿੰਦੇ ਪੈਨ ਚੰਗਾ ਹੋਵੇ ਦੇਖੋ ਸੇਮ ਕੁਐਸਚਨ ਬਣ ਗਿਆ ਨਾ ਤਾਂ ਚੰਗਾ ਪੈਨ ਕਿੰਨਾ ਹੋ ਗਿਆ 144 ਵਿੱਚੋਂ 132 ਬਿਲਕੁਲ ਸੇਮ ਚੱਲ ਰਿਹਾ ਦੇਖੋ ਕੁਐਸਚਨ ਤਾਂ ਸੰਭਾਵਨਾ ਫਿਰ ਕੀ ਹੋਗੀ 132 ਵਟਾ 144 12 ਤੇ ਗਿਆ 11 ਵਟਾ 12 ਨੰਬਰ 2 ਖਰਾਬ ਪੈਨ ਕਿੰਨੇ ਨੇ ਜੀ ਆਪਣੇ ਕੋਲ ਇੱਥੇ 144 ਵਿੱਚੋਂ 12 ਦਾ ਸੰਭਾਵਨਾ ਕਿੰਨੀ ਹੋਗੀ 12 ਵਟੇ 144 12 ਇੱਕ 12 12 ਬਰਾਬਰ ਦੇਖੋ ਕੁਐਸਚਨ 'ਚ ਨਹੀਂ ਫਰਕ ਸਿਰਫ ਪਹਿਲੀ ਲਾਈਨ ਕਰਕੇ ਕੁਐਸਚਨ ਦੀ ਸਟੇਟਮੈਂਟਸ ਬਹੁਤ ਫਰਕ ਪੈ ਸਕਦਾ ਤਾਂ ਥੋੜਾ ਜਦੋਂ ਕਰੋਗੇ ਉਹਨੂੰ ਧਿਆਨ ਨਾਲ ਰੱਖਿਓ ਏਸੀ ਇਸ ਪਾਰਟ ਦਾ ਟਾਪਿਕ ਆਪਾਂ ਨੈਕਸਟ ਪਾਰਟ ਦੇ ਵਿੱਚ ਜੋ ਗੱਲ ਕਰਾਂਗੇ ਆਪਾਂ ਕੁਝ ਹੋਰ ਐਗਜ਼ਾਮਪਲਾਂ ਜੋ ਆਪਣੇ ਬੁੱਕ ਦੇ ਵਿੱਚ ਹੈ ਉਹ ਤੇ ਡਿਸਕਸ ਕਰਾਂਗੇ ਥੈਂਕ ਯੂ